देखो जी जिहड़ा बंदा फड़िया सी शक्की बंदा जरनैल सिंह उहदे कोल जिहड़ा फोन भी सीगा उह फोन दे विच सारे पुलिस मुलाजमां दे नंबर सी उहनूं प्रॉपर मैप दे के भेजिया होया सी और वह लगातार पुलिस वालियां दे टच विच सी उहनां नूं साडे घर दीआं फोटोआं जिहड़ीआं हैगीआं भेज रिहा सी उहदे नाल इक बहादुर बंदा सी जिहड़ा हैगा नेपाली बंदा वह बंदा उहदे नाल सी और एक सरदार बंदा सी वह पता नहीं कौन सी ये सारे बंदे इन्हों असी वो बैठ के पुछ पड़ताल की आ तो पता लग्या कि जोड़ा वो मोटरसाइकिल लेके आया वो चोरी का मोटरसाइकिल से और इतने वारदात कर आया से इनू सफारी दी गई सी पुलिस वालों मैनू मारन की क्योंकि वो जोड़े बंदा सी असी जोड़ा फड़िया जरनैल वो मोबाइल के पैल के कांग्रसियों के ग्रुपां के एड से उत्थे उन्होंने नाल अटैच से ਇਹ ਕਾਂਗਰਸੀਆਂ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਮੈਨੂੰ ਮਾਰਨ ਦੇ ਲਈ ਇੱਕ ਬੜੀ ਜ਼ਬਰਦਸਤ ਸਾਜ਼ਿਸ਼ ਰਚੀ ਗਈ ਸੀ ਜਿਹੜੀ ਕਿ ਸਾਡੇ ਪਿੰਡ ਦੇ ਨੌਜਵਾਨ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਬੜੀ ਮਸਤੈਦੀ ਦੇ ਨਾਲ ਸਵੇਰੇ ਜਦੋਂ ਇਹਨਾਂ ਨੇ ਦੋ ਗੇੜੇ ਮਾਰੇ ਤੁਰੰਤ ਮੈਨੂੰ ਇਨਫੋਰਮ ਕਰਤਾ ਸੀ ਕਿ ਭਾਜੀ ਇੱਦਾਂ ਤੁਹਾਡੇ ਘਰ ਦੇ ਆਲੇ ਦੁਆਲੇ ਗੇੜੇ ਮਾਰ ਰਹੇ ਨੇ ਸ਼ੱਕੀ ਬੰਦੇ ਨੇ ਔਰ ਘਰ ਦੀਆਂ ਫੋਟੋਆਂ ਖਿੱਚ ਰਹੇ ਨੇ ਔਰ ਇਹਨਾਂ ਦੀ ਬੜੀ ਮਸਤੈਦੀ ਦੇ ਨਾਲ ਫਿਰ ਅਸੀਂ ਇਹਨਾਂ ਸਾਰਿਆਂ ਨੂੰ ਮੈਡਮ ASI ਨੂੰ ਵੀ ਇੱਥੋਂ ਫੜਿਆ ਔਰ ਦੇ ਨਾਲ ਜਿਹੜੇ ਦੂਜਾ ਸੀਗਾ ਜਰਨੈਲ ਜਿਹੜਾ ਬੰਦਾ ਉਹਨਾਂ ਦਾ ਜਿਹਨੂੰ ਸਪਾਰੀ ਦਿੱਤੀ ਹੋਈ ਸੀ ਉਸ ਬੰਦੇ ਨੂੰ ਵੀ ਫੜਿਆ ਔਰ ਹੁਣੇ ਅਸੀਂ ਫਿਰ ਅਸੀਂ ਸਵੇਰ ਦੇ ਤੁਸੀਂ ਇਹ ਦੇਖੋ ਕਿ ਸਾਨੂੰ ਕਮਿਸ਼ਨਰ ਸਾਹਿਬ ਨੂੰ ਵੀ ਫੋਨ ਕਰਦਿਆਂ ਨੂੰ ਹੋ ਗਿਆ ਪਰ ਕੋਈ ਵੀ ਜਿਹੜੀ ਪੁਲਿਸ ਆ ਘੰਟਾ ਹੋ ਗਿਆ ਘੰਟੇ ਤੋਂ ਪਹਿਲਾਂ ਨਹੀਂ ਪਹੁੰਚੀ ਕਿਉਂਕਿ ਉਹ ਬੰਦੇ ਨੂੰ ਲਗਾਤਾਰ ਕੰਗਣ ਵਾਲ ਚੌਂਕੀ ਤੋਂ ਵੀ ਫੋਨ ਆ ਰਿਹਾ ਸੀ ਕਿ ਕਿੱਥੇ ਆ ਕਿਉਂਕਿ ਫੋਨ ਸਾਡੇ ਕੋਲ ਸੀ ਅਤੇ ਇਹ ਗੱਲ ਦੀ ਸਾਡੇ ਕੋਲ ਉਹਦੀ ਪੁਸ਼ਟੀ ਹੋ ਗਈ ਕਿ ਇਹਨੂੰ ਪੁਲਿਸ ਨੇ ਹੀ ਭੇਜਿਆ ਸੀ ਸਾਨੂੰ ਮਾਰਨ ਦੇ ਲਈ ਅਸੀਂ ਇਸ ਗੱਲ ਦੀ DGP ਸਾਹਿਬ ਤੋਂ ਮੰਗ ਕਰਦੇ ਹਾਂ ਕਿ ਕਾਂਗਰਸ ਕੀ ਅੱਜ ਇੰਨੀਆਂ ਕੁੱਤੀਆਂ ਹਰਕਤਾਂ 'ਤੇ ਉਤਰ ਆਈ ਆ ਕਿ ਜਿਹੜੇ ਬੰਦੇ ਵਿਰੋਧੀ ਪਾਰਟੀਆਂ ਨੂੰ ਤੁਸੀਂ ਜਾਨੋਂ ਮਾਰ ਦਿਓ ਉਹਨਾਂ ਨੂੰ ਖਤਮ ਕਰ ਦਿਓ ਅਸੀਂ ਇਸ ਗੱਲ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਅਸੀਂ ਇਹ ਗੱਲ ਜਿਹੜਾ ਮਾਮਲਾ ਆਪਣੀ ਪਾਰਟੀ ਦੇ ਜਿਹੜੇ ਸਾਡੇ ਪਾਰਟੀ ਦੇ LOP ਸਾਹਿਬ ਨੇ ਹਰਪਾਲ ਸਿੰਘ ਚੀਮਾ ਜੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਲੈ ਕੇ ਆਉਂਦਾ ਔਰ ਇਸ ਨੂੰ ਵੱਡੇ ਪੱਧਰ ਦੇ ਉੱਤੇ ਉਠਾਇਆ ਵੀ ਜਾਏਗਾ ਸਰਕਾਰ ਦੇ ਖਿਲਾਫ਼ ਪ੍ਰੋਟੈਸਟ ਵੀ ਕੀਤਾ ਜਾਏਗਾ ਇਹ ਜਿਹੜੀ ਹੈਗੇ ਆ ਪੁਲਿਸ ਵਾਲੇ ਜਿੰਨੇ ਵੀ ਮੁਲਾਜ਼ਮ ਇਹਦੇ ਨਾਲ ਮਿਲੇ ਹੋਏ ਨੇ ਸਾਰੇ ਸਸਪੈਂਡ ਹੋਣੇ ਚਾਹੀਦੇ ਆ ਔਰ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜੀ ਜਦੋਂ ਆਪਣਾ ਤੁਸੀਂ ਉਹਦਾ ਮੋਬਾਈਲ ਦੇਖਿਆ ਉਹਦੇ ਵਿੱਚ ਕਿਸੇ ਅਧਿਕਾਰੀ ਨਾਲ ਗੱਲ ਜਾਂ ਕੋਈ ਏਦਾਂ ਦਾ ਕੋਈ ਵਾਕਿਆ ਤੁਹਾਨੂੰ ਸਾਹਮਣੇ ਨਜ਼ਰ ਹਾਂ ਉਹਦੇ ਵਿੱਚ ਆ ਰਹੀ ਆ ਰਾਤ ਨੂੰ 12 ਵਜੇ 1 ਵਜੇ 11 ਵਜੇ ਇੱਥੇ ਜਿਹੜੀ SI ਜਸਵੀਰ ਕੌਰ ਮੈਡਮ ਆ ਉਹਦੇ ਨਾਲ ਉਹਦੀ ਲਗਾਤਾਰ ਗੱਲ ਹੋ ਰਹੀ ਸੀ ਉਹਦੇ ਨਾਲ ਉਹ ਟੱਚ ਦੇ ਵਿੱਚ ਸੀ ਔਰ ਇੱਥੇ ਵੀ ਜਿਹੜੀਆਂ ਫੋਟੋਆਂ ਖਿੱਚ ਕੇ ਉਹ ਜਸਵੀਰ ਕੌਰ ਨੂੰ ਦੱਸ ਰਿਹਾ ਸੀ ਉਹ ਜਸਵੀਰ ਕੌਰ ਇਸੇ ਨੁੱਕਰ ਦੇ ਉੱਤੇ ਖੜ ਕੇ ਉਹਦੇ ਨਾਲ ਰਾਬਤਾ ਬਣਾ ਰਹੀ ਸੀ ਔਰ ਇਹ ਬੜੀ ਪਲੈਨਿੰਗ ਦੇ ਨਾਲ ਸਾਰਾ ਕੁਝ ਕਰ ਰਹੇ ਸੀ ਪਰ ਇਸ ਸਾਰੀ ਪਲੈਨਿੰਗ ਦਾ ਅਸੀਂ ਇਹਨਾਂ ਦਾ ਪਰਦਾਫਾਸ਼ ਕੀਤਾ ਅੱਜ ਸਾਡੇ ਪਿੰਡ ਦੇ ਨੌਜਵਾਨਾਂ ਨੇ ਜਿਹੜੇ ਕਿ ਮੇਰੀਆਂ ਬਾਹਾਂ ਬਣ ਕੇ ਖੜ੍ਹੇ ਨੇ ਔਰ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਜੇ ਉਲਟੀ ਵਾੜ ਖੇਤ ਕੋ ਖਾਏ ਜਿਹੜੇ ਸਾਡੀ ਰੱਖਿਆ ਕਰਨ ਵਾਲੀ ਜਿਹੜੀ ਪੁਲਿਸ ਆ ਜੇ ਉਹੀ ਸਾਡੇ ਲਈ ਸਪਾਰੀਆਂ ਦੇਣੀਆਂ ਸ਼ੁਰੂ ਕਰ ਦੇਵੇ ਤਾਂ ਫਿਰ ਆਮ ਬੰਦਾ ਜਿਹੜਾ ਹੈਗਾ ਉਹਦਾ ਕੀ ਕਿੱਥੇ ਜਾਏਗਾ ਉਹ ਰਿਟਨ ਕੰਪਲੇਂਟਾਂ ਉਹ ਅਸੀਂ ਦੇਵਾਂਗੇ ਪਾਵਾਂਗੇ ਵੀ ਔਰ ਇਹਦੇ ਖਿਲਾਫ ਸਖ਼ਤ ਕਾਰਵਾਈ ਦੇ ਲਈ ਅਸੀਂ ਕਹਾਂਗੇ ਬਿਲਕੁਲ ਉਹ ਜਿਹੜਾ ਮੋਟਰਸਾਈਕਲ ਸੀ ਜਿਹੜਾ ਕਿ ਬਿਨਾਂ ਨੰਬਰ ਹੀ ਮੋਟਰਸਾਈਕਲ ਸੀ ਉਹ ਮੋਟਰਸਾਈਕਲ ਵੀ ਜਿਹੜਾ ਹੈਗਾ ਉਹਨਾਂ ਨੂੰ ਸਪੁਰਦਾਰੀ ਦੇ ਦਿੱਤੀ ਗਈ ਹੈ ਜਰਨੈਲ ਨੇ ਤੁਹਾਡੇ ਨਾਲ ਕੋਈ ਦੱਸਿਆ ਕਿ ਮੈਂ ਉਹਨਾਂ ਦੇ ਪੁਲਿਸ ਵਾਲੇ ਨੇ ਹੀ ਭੇਜਿਆ ਮੈਨੂੰ ਜਰਨੈਲ ਨੇ ਦੱਸਿਆ ਕਿ ਮੈਂ ਪੁਲਿਸ ਦੇ ਲਈ ਕੰਮ ਕਰਦਾ ਰਾਤ ਨੂੰ ਮੈਂ ਪੁਲਿਸ ਦੇ ਥਾਣੇ ਦੇ ਵਿੱਚ ਹੁੰਦਾ ਔਰ ਮੈਨੂੰ ਜਿਹੜਾ ਇੱਥੇ ਭੇਜਿਆ ਸੀਗਾ ਇਹ ਪੁਲਿਸ ਵਾਲਿਆਂ ਨੇ ਭੇਜਿਆ ਸੀਗਾ ਔਰ ਉਹਨੇ ਗੱਲ ਤਾਂ ਕਲੀਅਰ ਨਹੀਂ ਕੀਤੀ ਕਿ ਮਾਰਨ ਲਈ ਭੇਜਿਆ ਸੀ ਜਾਂ ਕਾਹਦੇ ਲਈ ਭੇਜਿਆ ਸੀ ਪਰ ਇਹ ਗੱਲ ਕਲੀਅਰ ਹੋ ਗਈ ਹੈ ਕਿ ਉਹਨੂੰ ਪੁਲਿਸ ਵਾਲੇ ਨੇ ਭੇਜਿਆ ਸੀ ਜਿਹੜਾ ਦੂਸਰਾ ਬੰਦਾ ਵੀ ਸੀ ਉਹ ਵੀ ਉਹਦਾ ਸਾਥੀ ਸੀ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਅਸੀਂ ਮੰਗ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਅਤੇ ਜਿਹੜੀ ਮੁਲਾਜ਼ਮ ਆ ਮੈਡਮ ਉਹਨੂੰ ਤੁਰੰਤ ਉਹਨੂੰ ਸਸਪੈਂਡ ਕੀਤਾ ਜਾਵੇ ਅਤੇ ਇਸ ਦੀ ਜਾਂਚ ਕੀਤੀ ਜਾਵੇ ਅਤੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੇ ਕੁਝ ਵੀ ਹੁੰਦਾ ਤਾਂ ਇਹਦਾ ਜਿਹੜਾ ਹੈਗਾ ਇਹ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਏਗਾ ਬੰਦਾ ਫੜਿਆ ਹੋਇਆ ਉਹਦੇ ਮੋਬਾਈਲ 'ਚ ਤੁਹਾਡਾ ਨੰਬਰ ਹੋਇਆ ਉਹਨੇ ਤੁਹਾਨੂੰ ਫੋਟੋਆਂ ਭੇਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬ੍ਰਦਰ ਇਹ ਬੁਲਾ ਰਹੇ ਨੇ ਇਹਨਾਂ ਨੂੰ ਡਾਊਟ ਹੈਗਾ ਆਪਾਂ ਕਲੀਅਰ ਕਰ ਲੈਂਦੇ ਹਾਂ
ਨਹੀਂ ਨਹੀਂ ਉਹਨਾਂ ਨੇ ਜਿਹੜਾ ਮੁੰਡਾ ਬੰਦਾ ਫੜਿਆ ਹੋਇਆ ਜੀ ਉਹਦੇ ਮੋਬਾਈਲ ਦੇ ਵਿੱਚ ਤੁਹਾਡਾ ਨੰਬਰ ਸੇਵ ਉਹਨੇ ਤੁਹਾਨੂੰ ਫੋਟੋ ਭੇਜਿਆ ਕਲੀਅਰ ਕਰ ਲੈਂਦੇ ਨੇ ਆਪਾਂ ਸਿਕਿਉਰਿਟੀ ਪਰਪਸ ਨਾਲ ਖੜਿਆ ਕੋਈ ਏਦਾਂ ਦਾ ਤਾਂ ਹੈ ਨਹੀਂ ਨਹੀਂ ਤੁਸੀਂ ਪਹਿਲਾਂ ਕਹਿ ਰਹੇ ਸੀ ਨਾ ਕਿ ਇਧਰੋਂ ਡਿਊਟੀ ਜਾ ਰਹੇ ਸੀ ਤੁਸੀਂ ਕਹਿ ਰਹੇ ਲੰਘ ਕਰ ਰਹੇ ਹੋ ਸਿਕਿਉਰਿਟੀ ਪਰਪਸ ਤੇ ਮੇਰੇ ਤੁਹਾਨੂੰ WhatsApp ਕੀਤਾ ਇਹਦੇ ਨਾਲ ਗੱਲ ਕੀਤੀ ਆ ਮੈਂ ਇੱਕ ਵੈਸੇ ਜੈਨੂਨ ਗੱਲ ਆ ਦੇਖੋ ਤੁਹਾਨੂੰ ਕਾਲ ਨਹੀਂ ਕਰਦਾ ਅਗਲਾ ਮੈਂ ਗੱਲ ਨਹੀਂ ਕਰਨੀ ਤੁਹਾਡੇ ਨਾਲ ਪਹਿਲਾਂ ਤਾਂ ਮਾਸਕ ਲਾਓ ਠੀਕ ਹੈ ਤੇ ਦੂਜੀ ਗੱਲ ਮੈਂ ਇੱਥੋਂ ਜਾ ਰਹੀ ਸੀ ਇਹਨਾਂ ਨੇ ਉੱਪਰ ਹੀ ਕੀਤਾ ਹੋਇਆ ਇਹਨਾਂ ਨੇ ਮੈਂ ਮਾਸਕ ਤੁਸੀਂ ਨਹੀਂ ਉੱਪਰ ਕੀਤਾ ਗੱਲ ਆ ਮੈਂ ਤਾਂ ਆਪਣੀ ਤੁਹਾਡੇ ਲਈ ਕੋਈ ਕਾਨੂੰਨ ਨਹੀਂ ਹੈਗਾ ਤੁਸੀਂ ਕਹਿ ਰਹੇ ਪਹਿਲਾਂ ਮੈਂ ਇੱਧਰ ਦੀ ਜਾ ਰਹੀ ਹਾਂ ਮੈਂ ਜਾ ਰਹੀ ਹਾਂ ਹਾਂਜੀ ਪਰ ਤੁਸੀਂ ਕਹਿ ਰਹੇ ਮੈਂ ਸਿਕਿਉਰਿਟੀ ਪਰਪਸ ਲਈ ਆ ਦੇਖੋ ਹੁਣ ਤਾਂ ਮੈਨੂੰ ਸਿਕਿਉਰਿਟੀ ਪਰਪਸ ਮੈਂ ਤੁਹਾਨੂੰ ਕੋਲ ਤੁਹਾਡੇ ਤੁਹਾਡੇ ਫੋਨ ਤੇ ਫੋਨ ਕਰ ਰਿਹਾ ਵਾ ਉਹ ਰਜਿਸਟਰ ਕੀ ਆ ਸਾਨੂੰ ਉਹ ਸਿਕਿਉਰਿਟੀ ਮੈਂ ਤੁਹਾਡੇ ਫੋਨ ਤੇ ਫੋਨ ਇੱਕ ਸ਼ੱਕੀ ਬੰਦਾ ਫੜਿਆ ਜਾਂਦਾ ਉਹਦੇ ਨੰਬਰ ਪਲੇਟ ਹੈ ਨਹੀਂਗਾ ਠੀਕ ਹੈ ਜੀ ਉਹਦਾ ਨੰਬਰ ਤੁਹਾਡੇ ਫੋਨ ਦੇ ਵਿੱਚ ਆਉਂਦਾ ਨਾਂ ਨਾਲ ਤੁਹਾਡਾ ਨੰਬਰ ਸੇਵ ਕਿਉਂ ਆ ਇਹਨਾਂ ਨੂੰ WhatsApp ਕਰ ਰਿਹਾ ਕਰਦੀਆਂ ਫੋਟੋ ਖਿੱਚ ਕੇ ਰੀਜ਼ਨ ਕੀ ਹੈ ਜੀ ਉਹਦਾ ਬ੍ਰਦਰ ਇਹਨਾਂ ਨੇ ਮੈਨੂੰ ਰੋਕਿਆ ਇਹਨਾਂ ਨੂੰ ਡਾਊਟ ਹੈਗੇ ਪਰ ਮੈਂ ਹੁਣ ਕਲੀਅਰ ਕਰਕੇ ਜਾਊਂਗਾ ਭੈਣ ਮੇਰੀ ਮੈਂ ਮੰਨ ਗਿਆ ਆ ਜਾਂਦੇ ਆ ਕਿਉਂ ਉਹਦਾ ਨੰਬਰ ਕਿਉਂ ਸੇਵ ਆ ਤੁਹਾਡੇ ਕਰ ਲੈਣੇ ਆ ਸਾਡਾ ਜਾ ਰਹੀ ਆ ਤੁਹਾਨੂੰ ਉਹਨੇ WhatsApp ਵੀ ਕੀਤਾ ਸਾਡਾ ਸਾਰਾ ਫੋਟੋ ਉਹਨਾਂ ਨੇ ਕਰਦੀਆਂ ਸਾਰਾ ਨੰਬਰ ਸਾਡੇ ਅੰਦਰ ਦੇਖੋ ਸਾਰਾ ਝੂਠ ਇਹਨਾਂ ਕਿੱਦਾਂ ਹੁੰਦਾ ਸਰਕਾਰੀ ਨੰਬਰ ਨੇ